ਹਾਂਜੀ ਮਨਜੀਤ ਸਿੰਘ ਜੀ, ਅੱਜ ਪ੍ਰੈਸ ਕਾਨਫਰੰਸ ਦਾ ਮੁੱਦਾ ਕੀ ਹੈ? ਮੁੱਦਾ ਜਿਹੜਾ ਨਵਾਂ ਗਾਸ ਕੀਤਾ ਜਾ ਰਿਹਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਆਪਣੇ ਸਿਧਾਂਤ ਤੋਂ ਥੜ ਗਿਆ, ਔਰ ਕੁਰਬਾਨੀ ਵਾਲੇ, ਜੇਲ੍ਹਾਂ ਵਾਲੇ, ਪੰਥ ਲਈ ਮਰ ਮਿਟਣ ਵਾਲੇ ਲੋਕਾਂ ਦੇ ਇਹ ਸਿਧਾਂਤ 'ਤੇ ਅਕਾਲੀ ਦਲ ਜਿਹੜਾ ਖੜ੍ਹਾ ਸੀ, ਜਿਹੜਾ 103 ਸਾਲ ਪੁਰਾਣਾ ਸੀ। ਲੇਕਿਨ ਮੌਜੂਦਾ ਟਾਈਮ 'ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ, ਇਹ ਉਹਨਾਂ ਸਿੱਖੀ ਸਿਧਾਂਤਾਂ ਤੋਂ ਪਰੇ ਚਲੇ ਗਏ, ਔਰ ਸਿੱਖੀ ਸਿਧਾਂਤਾਂ ਨੂੰ ਤਿਲਾਂਜਲੀ ਜਿਹੜੀ ਸੀ ਦਿੱਤੀ। ਸੋ ਨਵੇਂ ਤੌਰ 'ਤੇ ਅਕਾਲੀ ਦਲ ਜਿਹੜਾ ਹੈ ਉਹ ਅਕਾਲੀ ਦਲ ਹੋ ਗਿਆ, ਔਰ ਉਹਦੇ 'ਚੋਂ ਤਕਰੀਬਨ ਅਕਾਲੀ ਦਲ ਦੀ ਰੂਹ ਜਿਹੜੀ ਆ ਉਹ ਮਰ ਚੁੱਕੀ ਆ। ਉਸ ਰੂਹ ਨੂੰ ਦੁਬਾਰਾ ਜ਼ਿੰਦਾ ਕਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਿਹੜਾ ਹੈ ਇਹ ਸਾਰੀ ਲੀਡਰਸ਼ਿਪ ਜਿਹੜੀ ਸੀ ਉਹਨਾਂ ਨੇ ਕਿਹਾ ਵੀ ਉੱਥੇ ਅਕਾਲ ਤਖਤ ਸਾਹਿਬ 'ਤੇ ਜਾਵਾਂਗੇ। ਉਹਨਾਂ ਕਿਹਾ ਜੇ ਗਲਤੀਆਂ ਹੋਈਆਂ ਨੇ, ਭਾਵੇਂ ਗਲਤੀਆਂ ਜਿਹੜੀਆਂ ਨੇ ਹੋ ਸਕਦਾ ਜ਼ਿੰਮੇਵਾਰ ਤੋਂ ਹੋਈਆਂ ਹੋਣ, ਪ੍ਰਧਾਨ ਤੋਂ ਹੋਈਆਂ ਹੋਣ, ਲੇਕਿਨ ਉਹ ਕਹਿੰਦੇ ਅਸੀਂ ਵੀ ਬੈਠੇ ਸੀ ਅਤੇ ਸਾਡੇ ਅਸੀਂ ਮੌਕੇ 'ਤੇ ਬੋਲਣਾ ਚਾਹੀਦਾ, ਅਸੀਂ ਬੋਲੇ ਨਹੀਂ। ਜਿੱਦਾਂ ਚੰਦੂ ਮਾਜਰਾ ਸਾਹਿਬ ਸੀ, ਰੱਖੜਾ ਸਾਹਿਬ ਸੀ, ਮਲੂਕਾ ਸਾਹਿਬ ਸੀ, ਉਹਦੇ ਵਾਸਤੇ 1 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਇਹ ਗੱਲ ਕਹਿਣੀ ਹੈ ਕਿ ਜਾਣੇ ਅਣਜਾਣੇ ਜਿਹੜੀ ਗਲਤੀ ਹੋਈਆਂ ਨੇ ਅਸੀਂ ਬੋਲੇ ਨਹੀਂ ਗਏ, ਸਾਨੂੰ ਸਜ਼ਾ ਜਿਹੜੀ ਉੱਥੇ ਲਾਈ ਜਾਵੇ। ਕੌਣ ਕੌਣ ਆਏ ਸਾਰੇ? ਇਹ ਸਾਰਾ ਹੀ ਜਿਹੜਾ ਕੱਲ੍ਹ ਇਕੱਠੇ ਹੋਏ ਸੀ ਨਾ, ਸਾਰਾ ਬਹੁਤ ਵੱਡੀ ਗਿਣਤੀ 'ਚ ਸੀ। ਨਹੀਂ, ਉਹਨਾਂ ਨਹੀਂ, ਉਹਨਾਂ ਤੋਂ ਬਗੈਰ ਜਿਹੜੇ ਨੇ ਉਹ ਤਾਂ ਆਉਣਾ ਹੁੰਦਾ, ਸਗੋਂ ਉਹਨਾਂ ਨੂੰ ਅੱਜ ਤੋਂ ਪਹਿਲਾਂ ਕਹਿੰਦੇ ਰਹੇ, ਅੱਜ ਤੋਂ 5-4 ਸਾਲ ਪਹਿਲਾਂ ਵੀ ਕਹਿੰਦੇ ਰਹੇ ਵੀ ਅਕਾਲ ਤਖਤ ਸਾਹਿਬ 'ਤੇ ਮਾਫ਼ੀ ਮੰਗਣੀ ਚਾਹੀਦੀ, ਲੇਕਿਨ ਉਹ ਆਏ ਨਹੀਂ ਗਏ। ਅਕਾਲੀ ਦਲ ਦੇ ਖਾਲੀ ਹੋਣ ਦਾ ਮੁੱਖ ਕਾਰਨ ਕੀ ਮੰਨਦੇ ਹੋ? ਤੁਸੀਂ ਵੀ ਅਕਾਲੀ ਦਲ 'ਚ ਰਹੇ ਹੋ ਬਹੁਤ ਦੇਰ, ਅੱਜ ਵੀ ਅਕਾਲੀ ਦਲ 'ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹੋ, ਇੱਕ ਮਕਸਦ ਕੀ? ਡਿਕਟੇਟਰਸ਼ਿਪ ਆ ਗਈ ਅਕਾਲੀ ਦਲ 'ਚ, ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਸੀ ਰਹਿ ਗਿਆ। ਔਰ ਅਕਾਲੀ ਦਲ ਜਿਹੜਾ ਸੀ ਇਹ ਸਿੱਖੀ ਅਸੂਲਾਂ 'ਤੇ ਖੜ੍ਹਾ ਸੀ, ਸਿੱਖੀ ਸਿਧਾਂਤਾਂ 'ਤੇ ਖੜ੍ਹਾ ਸੀ, ਔਰ ਇਹਦੀ ਜਿਹੜੀ ਹੈਗੀ ਆ ਸਿਰਜਣਾ ਜਿਹੜੀ ਸੀ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਕੀਤੀ ਗਈ ਸੀ। ਲੇਕਿਨ ਧਰਮ ਦੇ ਉੱਤੇ ਜਿਹੜੀ ਆ ਰਾਜਨੀਤੀ ਹਾਵੀ ਹੋ ਗਈ ਸੀ, ਔਰ ਧਰਮ ਉੱਪਰ ਚਾਹੀਦਾ ਸੀ ਕਿਉਂਕਿ ਸਾਡਾ ਪੀਰੀ ਪੀਰੀ ਦਾ ਸਿਧਾਂਤ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਦਿੱਤਾ ਸੀ, ਲੇਕਿਨ ਰਾਜਨੀਤੀ ਥੱਲੇ ਰਹਿ ਗਈ ਅਤੇ ਧਰਮ ਜਿਹੜਾ ਸੀ ਉੱਪਰ ਰਹਿ ਗਿਆ, ਔਰ ਅਕਾਲੀ ਦਲ ਜਿਹੜਾ ਸੀ ਅਰਿਸਟੋਕਰੇਟ ਹੋ ਗਿਆ ਔਰ 7-star ਹੋਟਲਾਂ 'ਚ ਠਹਿਰਨ ਲੱਗ ਪਿਆ। ਔਰ ਅਕਾਲੀ ਦਲ ਜਿਹੜਾ ਸੀ ਉਹ ਸਿੱਖੀ ਸਿਧਾਂਤ ਨੂੰ ਪਰਨਾਏ ਹੋਏ ਲੋਕਾਂ ਦਾ ਇੱਕ ਸਮੂਹ ਸੀ, ਔਰ ਪੰਜਾਬ ਦੀ ਅਤੇ ਸਿੱਖਾਂ ਦੀ ਇਹ ਆਵਾਜ਼ ਸੀਗੀ। ਔਰ ਅਕਾਲੀ ਦਲ ਜਿੱਥੇ ਧਰਮ ਨੂੰ ਨਾਲ ਲੈ ਕੇ ਚੱਲਦਾ ਸੀ, ਉੱਥੇ ਨਾਲ ਨਾਲ ਕਿਸਾਨੀ ਦੇ ਮੁੱਦੇ ਸੀ ਸਾਡੇ, ਜਿਹੜੇ ਕਿਸਾਨੀ ਨੂੰ, ਜਵਾਨੀ ਨੂੰ, ਔਰ ਉਹ ਸਾਰੇ ਮੁੱਦੇ ਜਿਹੜੇ ਸੀ ਸ਼੍ਰੋਮਣੀ ਅਕਾਲੀ ਦਲ ਛੱਡ ਗਿਆ। ਜਿਸ ਤਰ੍ਹਾਂ ਕਿਸਾਨਾਂ ਦਾ ਸੰਘਰਸ਼ ਚੱਲਿਆ ਸੀ ਅਤੇ ਅਕਾਲੀ ਦਲ ਨੇ ਪਹਿਲਾਂ ਵਾਲਾ ਵਿਰੋਧ ਕਰਤਾ, ਜੇ ਜ਼ੋਰ ਪਿਆ ਤਾਂ ਅਕਾਲੀ ਦਲ ਦੇ ਹੱਕ 'ਚ ਹੋ ਗਿਆ, ਫਿਰ ਅਸਤੀਫਾ। ਇਹ ਨਹੀਂ ਗੱਲ, ਅਕਾਲੀ ਦਲ ਦੀ ਇੱਕ ਆਪਣੀ ਪੋਲਿਸੀ ਸੀ ਔਰ ਅਕਾਲੀ ਦਲ ਦਾ ਇੱਕ ਆਪਣਾ ਸਿਧਾਂਤ ਸੀ। ਉਹ ਸਿਧਾਂਤ ਨੂੰ ਜਦੋਂ ਅਕਾਲੀ ਦਲ ਛੱਡ ਗਿਆ ਅਤੇ ਅਕਾਲੀ ਦਲ ਜਿਹੜਾ ਸੀ ਉਹ ਵਾਰ ਵਾਰ ਹਾਰ ਹੁੰਦੀ ਰਹੀ, ਵਾਰ ਵਾਰ। ਹੁਣ ਹਾਲਾਤ 'ਤੇ ਵਰਕਰ ਇਹ ਮੰਗ ਕਰਦੇ ਆ ਪੰਜਾਬ ਦੇ ਲੋਕ ਵੀ ਇਹ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਆ, ਔਰ ਅਕਾਲੀ ਦਲ ਦਾ ਸਾਰਾ ਢਾਂਚਾ, ਅਕਾਲੀ ਦਲ ਦਾ ਪ੍ਰਧਾਨ, ਇਹ ਨਵੇਂ ਸਿਰੇ ਤੋਂ ਚੁਣਿਆ ਜਾਣਾ ਚਾਹੀਦਾ, ਜਿਹੜਾ ਸਿੱਖੀ ਸਿਧਾਂਤਾਂ ਨੂੰ ਪਰਨਾਇਆ ਹੋਵੇ। ਵੇਖੋ, ਤੁਹਾਡੇ ਸਾਹਮਣੇ ਜੋ ਕੁਛ ਹੋਇਆ ਪਿਛਲੇ ਸਾਲਾਂ ਦੇ ਵਿੱਚ, ਅਕਾਲੀ ਦਲ ਦੀ ਜਿਸ ਤਰ੍ਹਾਂ ਹੋਂਦ ਨੂੰ ਜਾਂ ਅਕਾਲੀ ਦਲ ਦੀ ਦਿੱਖ ਨੂੰ ਜਿਸ ਤਰ੍ਹਾਂ ਖਤਮ ਕੀਤਾ ਗਿਆ, ਇਹ ਸਾਰਿਆਂ ਦੇ ਸਾਰਾ ਸਾਹਮਣੇ ਆ। ਔਰ ਲੋਕ ਕਹਿੰਦੇ ਆ ਵੀ ਅਕਾਲੀ ਦਲ ਨਹੀਂ ਮਰਨਾ ਚਾਹੀਦਾ, ਇਹ ਪੰਜਾਬ ਦੀ ਇੱਕੋ ਇੱਕ ਰੀਜਨਲ ਪਾਰਟੀ ਜਿਹੜੀ ਪੰਜਾਬ ਦੀ ਅਤੇ ਪੰਥ ਦੀ ਗੱਲ ਕਰ ਸਕਦੀ ਹੈ। ਔਰ ਲੋਕਾਂ ਦੇ ਵਿੱਚ ਇਸ ਗੱਲ ਦਾ ਬੜੀ ਵੱਡੀ ਲੋਕਾਂ ਨੂੰ ਇਸ ਗੱਲ ਦੀ ਪੀੜਾ ਹੈ ਕਿ ਅਕਾਲੀ ਦਲ ਜਿਹੜਾ ਹਾਸ਼ੀਏ 'ਤੇ ਆਇਆ ਅਤੇ ਕਿਉਂ ਆਇਆ, ਇਹਦੇ ਕਾਰਨ ਲੱਭ ਕੇ ਇਹਦੀ ਲੀਡਰਸ਼ਿਪ ਜਿਹੜੀ ਚੇਂਜ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਨਮੁੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ। ਪ੍ਰਧਾਨ ਕਿਹੜਾ ਚਾਹੀਦਾ ਨਵਾਂ ਜੀ? ਕਿਉਂਕਿ ਨਵੇਂ ਪ੍ਰਧਾਨ ਦੀ ਚੋਣ ਮੈਂ ਨਹੀਂ ਕਹਿ ਸਕਦਾ ਕੋਈ, ਕਿਉਂਕਿ ਨਵੇਂ ਪ੍ਰਧਾਨ ਦੀ ਚੋਣ ਇੱਕ ਸਿਸਟਮ ਬਣਾਵਾਂਗੇ, ਇੱਕ ਇੱਕ ਡੈਕੋਰਮ ਬਣਾਵਾਂਗੇ,
ਇੱਕ ਉਹਦੇ ਵਾਸਤੇ ਲੋਕਾਂ ਦੀ ਰਾਏ ਲਈ ਜਾਊਗੀ, ਉਹਦੇ 'ਚ ਸਾਡੇ ਜਿਹੜੇ ਇਹਦੇ ਬੁੱਧੀਜੀਵੀ ਵੀ ਹੋਣਗੇ, ਉਹਦੇ ਸਾਡਾ ਸੰਤ ਸਮਾਜ ਵੀ ਹੋਊਗਾ, ਉਹਦੇ ਸਾਡੇ ਕਾਰ ਸੇਵਾ ਸੰਤਾਂ ਦਾ ਵੀ ਹੋਊਗਾ, ਉਹਦੇ 'ਚ ਕਿਸਾਨ ਵੀ ਹੋਣਗੇ, ਉਹਦੇ ਸਰ ਨੌਜਵਾਨ ਵੀ ਹੋਣਗੇ, ਔਰ ਸਾਰਿਆਂ ਨੂੰ ਇੱਕ ਸਰਬਪ੍ਰਵਾਨਿਤ ਲੀਡਰ ਜਿਹੜਾ ਨਾ, ਜਿਹਦੀ ਦਿੱਖ ਵੀ ਧਾਰਮਿਕ ਹੋਵੇ, ਕੁਰਬਾਨੀ ਵੀ ਹੋਵੇ, ਜੇਲ੍ਹ ਵੀ ਹੋਵੇ, ਔਰ ਪੰਥ ਪ੍ਰਸਤ ਵੀ ਹੋਵੇ, ਔਰ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਉਹ ਇਲੈਕਸ਼ਨ ਨਹੀਂ ਲੜੂਗਾ, ਅਕਾਲੀ ਦਲ ਦਾ ਪ੍ਰਧਾਨ ਇਲੈਕਸ਼ਨ ਨਹੀਂ ਲੜੂਗਾ, ਅਤੇ ਅਕਾਲੀ ਦਲ ਦਾ ਜਿਹੜਾ ਹੈੱਡ ਆਫ ਉਹ ਸਾਡਾ ਇੱਥੋਂ ਹਾਈਜੈਕ ਹੋ ਗਿਆ ਸੀ, ਉਹ ਮੁੜ ਕੇ ਇੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਖੁੱਲ੍ਹਿਆ। ਕੀ ਮੰਨਦੇ ਤੁਸੀਂ, ਜਿਵੇਂ ਤੁਸੀਂ ਕਿਹਾ ਅਕਾਲੀ ਦਲ ਹੁਣ ਅਕਾਲੀ ਦਲ ਹੋ ਗਿਆ, ਕਿ ਇਸਦੀ ਮੁੱਖ ਵਜ੍ਹਾ ਜਿਵੇਂ ਦੋ ਫਾੜ ਹੋਣ ਦੀ ਅਕਾਲੀ ਦਲ, ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ? ਨਹੀਂ, ਮੈਂ ਵੇਖੋ ਇਹ ਸਾਰਿਆਂ ਦੇ ਸਾਹਮਣੇ ਮੈਂ ਤੁਹਾਨੂੰ ਦੱਸਿਆ, ਮੈਂ ਜਾਤੀ ਤੌਰ 'ਤੇ ਕਿਸੇ ਦੇ ਖਿਲਾਫ਼ ਨਹੀਂ ਬੋਲਣਾ, ਜਾਤੀ ਕਿਉਂਕਿ ਅਸੀਂ ਇਕੱਠੇ ਛਕਦੇ ਛਕਾਉਂਦੇ ਰਹੇ ਹਾਂ, ਜਾਤੀ ਤੌਰ 'ਤੇ ਨਹੀਂ, ਜੇ ਕੋਈ ਘਾਟਾਂ ਆਈਆਂ ਨੇ ਲੋਕਾਂ ਨੇ ਮਹਿਸੂਸ ਕੀਤਾ, ਅਤੇ ਚਾਰ ਵਾਰ ਹਾਰ ਹੋ ਗਈ ਸਾਡੀ, ਚਾਰ ਵਾਰ ਹਾਰ ਹੋ ਗਈ ਨਾ, ਅਤੇ ਜਦੋਂ ਇੱਕ ਵਾਰ ਹੀ ਹਾਰ ਹੋ ਜਾਵੇ ਉਦੋਂ ਇੱਕ ਅਕਾਲੀ ਦਲ ਦੇ ਪ੍ਰਧਾਨ ਜਾਂ ਕਿਸੇ ਵੀ ਪਾਰਟੀ ਦੇ ਉਹ ਅਸਤੀਫਾ ਦੇ ਦਿੰਦੇ ਹੁੰਦੇ ਆ। ਮੈਂ ਸਮਝਦਾ ਜਿਹੜਾ ਕੇਜਰੀਵਾਲ ਉਹਨੂੰ ਵੀ ਦੇਣਾ ਚਾਹੀਦਾ ਸੀ, ਦੇਖੋ ਕਿੱਡੇ ਵੱਡੇ ਉਹਦੇ 'ਤੇ ਇਸ ਵੇਲੇ ਰੇਤਾ ਦੇ ਦੂਜੇ ਜਿਹੜੇ ਵੱਡੇ ਵੱਡੇ ਇਲਜ਼ਾਮ ਲੱਗ ਗਏ, ਉਹ ਆਹਦਾ ਵੀ ਮੈਂ ਛੱਡਣੀ ਜੇਲ੍ਹ 'ਚ ਵੀ ਚਲਾ ਗਿਆ, ਉਹ ਤੁਸੀਂ ਵੇਖ ਲਿਆ ਆਉਣ ਵਾਲੇ ਟਾਈਮ 'ਚ ਕੋਰਟ ਨੇ ਉਹ ਨੰਗਾ ਵੀ ਕਰਤਾ ਸਾਰਾ ਕੁਝ ਜਿਹੜਾ ਘਟਾਲਾ ਹੈ, ਪਰ ਚਿਪੜੇ ਬੈਠੇ ਆ। ਔਰ ਅਕਾਲੀ ਦਲ ਦੇ ਪ੍ਰਧਾਨ ਵੀ ਚਾਹੀਦਾ ਸੀ, ਜਦੋਂ ਉਹਨਾਂ ਦੀ ਪਹਿਲੀ ਵਾਰੀ ਹਾਰ ਹੋਈ ਸੀ, ਉਹ ਕਹਿੰਦਾ ਲੋ ਵੀ ਚੁੱਕੋ ਵੀ ਮੈਂ ਮਤਲਬ ਅਕਾਲੀ ਦਲ ਦੀ ਹਾਰ ਹੋ ਗਈ ਆ, ਮੈਂ ਨੈਤਿਕ ਤੌਰ 'ਤੇ ਆਪਣੀ ਹਾਰ ਨੂੰ ਕਬੂਲਦਾ, ਫਿਰ ਦੂਜੀ ਵਾਰੀ ਤੀਜੀ ਵਾਰੀ, ਹੁਣ ਤਾਂ ਅਸੀਂ ਚੌਥੇ ਨੰਬਰ 'ਤੇ ਆ ਗਏ ਪੰਜਾਬ ਦੇ ਵਿੱਚ, ਅਸੀਂ ਚੌਥੇ ਨੰਬਰ 'ਤੇ ਆ ਅਕਾਲੀ ਦਲ, ਹੁਣ ਤਾਂ ਬਹੁਤ ਕੰਮ ਕਰਨ ਦੀ ਲੋੜ ਆ ਪਿੰਡ ਲੈਵਲ 'ਤੇ ਔਰ ਇਕਾਈ ਲੈਵਲ 'ਤੇ। ਹੈੱਡ ਆਫਿਸ ਅੰਮ੍ਰਿਤਸਰ ਬਣਾਇਆ ਜਾਏਗਾ, ਹੈੱਡ ਆਫਿਸ ਅੰਮ੍ਰਿਤਸਰ ਸਾਹਿਬ ਨੂੰ ਬਣਾਇਆ। ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਵੱਡੀ ਮੀਟਿੰਗ ਹੋ ਸਕਦੀ ਹੈ? ਹਾਂਜੀ, ਆਉਣ ਵਾਲੇ ਸਮੇਂ 'ਚ ਕੋਈ ਹੋਰ ਵੱਡੀ ਮੀਟਿੰਗ ਹੋ ਸਕਦੀ ਹੈ? ਹਾਂ ਬਿਲਕੁਲ, ਪਹਿਲੀ ਤੋਂ ਬਾਅਦ ਫਿਰ ਮੀਟਿੰਗਾਂ ਹੀ ਕਰਨੀਆਂ, ਫਿਰ ਅਸੀਂ ਜ਼ਿਲ੍ਹੇ ਵਾਈਜ਼ ਜਾਣਾ, ਔਰ ਜਿਹੜੇ ਵਰਕਰ ਸਾਹਿਬਾਨ ਇੱਕ ਤਾਂ ਘਰ 'ਚ ਮਯੂਸ ਹੋ ਗਏ, ਬਹਿ ਗਿਆ ਜਿਹੜਾ ਅਸਲੀ ਅਕਾਲੀ ਸੀ ਜੇਲ੍ਹ ਕੱਟਣ ਵਾਲਾ, ਔਰ ਪੰਥ ਲਈ ਮਰ ਮਿਟਣ ਵਾਲਾ ਜਿਹੜਾ ਬੰਦਾ ਸੀ ਉਹ ਤਾਂ ਘਰ 'ਚ ਬਹਿ ਗਏ। ਆਖਰੀ ਸਵਾਲ ਹੈ ਕਿ ਜ਼ਿਲ੍ਹਾ ਲੈਵਲ 'ਤੇ ਬਦਲੀਆਂ ਕੀਤੀਆਂ ਜਾਣਗੀਆਂ? ਹਾਂਜੀ, ਆਖਰੀ ਸਵਾਲ ਹੈ ਕਿ ਜ਼ਿਲ੍ਹਾ ਲੈਵਲ 'ਤੇ ਵੀ ਬਦਲੀਆਂ ਕੀਤੀਆਂ? ਬਿਲਕੁਲ, ਹਰ ਲੈਵਲ 'ਤੇ ਜਿਹੜਾ ਢਾਂਚਾ ਹੈ ਉਹਨੂੰ ਤੰਦਰੁਸਤ ਕਰਨ ਵਾਸਤੇ, ਜਿਹੜਾ ਬਿਮਾਰ ਹੋ ਗਿਆ ਜਿਹੜਾ ਆਕਸੀਜਨ 'ਤੇ ਇਸ ਵੇਲੇ, ਉਹਨਾਂ ਦੀ ਆਕਸੀਜਨ ਲਾ ਕੇ ਔਰ ਉਹਨੂੰ ਤੰਦਰੁਸਤ ਕਰਕੇ ਪੰਥ ਦੇ ਸਾਹਮਣੇ ਇੱਕ ਐਸਾ ਢਾਂਚਾ ਪੇਸ਼ ਕਰਾਂਗੇ ਜਿਹਨੂੰ ਸਾਰੀ ਕੌਮ ਮੰਨੂਗੀ। ਲੇਕਿਨ ਤੁਸੀਂ ਅਕਾਲੀ ਦਲ ਤੋਂ ਅਸਤੀਫਾ ਦਿੱਤਾ, ਕੀ ਉਸੇ ਅਕਾਲੀ ਦਲ ਨੂੰ ਨਾਲ ਲੈ ਕੇ ਚੱਲੋਗੇ ਜਾਂ ਵੱਖਰੀ ਅਕਾਲੀ ਦਲ? ਨਹੀਂ ਵੇਖੋ, ਲੀਡਰਸ਼ਿਪ ਚੇਂਜ ਕਰਨੀ, ਥੱਲੇ ਵਾਲੇ ਵਰਕਰਾਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ, ਤੁਹਾਡਾ ਕਸੂਰ ਕੋਈ ਨਹੀਂ ਗਾ, ਥੱਲੇ ਵਾਲੇ ਵਰਕਰ ਦਾ ਕੋਈ ਕਸੂਰ ਨਹੀਂ ਗਾ, ਜਿਹੜਾ ਥੱਲੇ ਵਾਲਾ ਪੇਂਡੂ ਵਰਕਰ ਆ ਜਾਂ ਜਿਹੜਾ ਸਰਕਲ ਦਾ ਪ੍ਰਧਾਨ ਆ ਚਾਹੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਸਾਹਿਬਾਨ ਨੇ, ਉਹਨਾਂ ਦਾ ਕੋਈ ਕਸੂਰ ਨਹੀਂ, ਇਹ ਤਾਂ ਹਾਈ ਲੈਵਲ ਦੀ ਲੀਡਰਸ਼ਿਪ ਸੀ ਜਿਹਨਾਂ ਸਹੀ ਗਵਾਹੀ ਨਹੀਂ ਦਿੱਤੀ, ਉਹ ਚੇਂਜ ਕਰਨ ਦੀ ਇੱਥੇ ਲੋੜ ਹੈ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।